ਰਹਿਮਾਨ ਰਹੀਮ ਅਸਲਾਮੋ ਅਲੈਕਮ ਵੇਖ ਰਹੇ ਹੋ ਤੁਸੀਂ ਆਪਣਾ ਕਰਨਾਲਾ ਚੈਨਲ ਤੇ ਮੈਂ ਤੁਹਾਡਾ ਮੇਜ਼ਬਾਨ ਹਾਜੀ ਇਰਫਾਨ ਭਰਾਵਾਂ ਵਾਸਤੇ ਰੋਜ਼ਾਨਾ ਦੀ ਨਵੀਂ ਦੀ ਨਵੀਂ ਵੀਡੀਓ ਲੈ ਕੇ ਆਵੀਦਾ ਇਨਸ਼ਾਅੱਲਾ ਉਮੀਦ ਕਰਨਾ ਵੀਡੀਓ ਤੁਹਾਡੇ ਪਸੰਦ ਆਵੇਗੀ ਤੁਸੀਂ ਲਾਈਕ ਵੀ ਕਰੋ ਦੇ ਸ਼ੇਅਰ ਵੀ ਕਰੋ ਦੇ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਕਰਨਾ ਸਬਸਕ੍ਰਾਈਬ ਤੇ ਬੈਲ ਆਈਕਾਨ ਦਾ ਬਟਨ ਜ਼ਰੂਰ ਦਬਾਉਣਾ ਤਾਂ ਕਿ ਸਾਡੀ ਆਰਾਮਣ ਵਾਲੀ ਵੀਡੀਓ ਜਿਹੜੀ ਹੈ ਇਹ ਤੁਹਾਡੇ ਤੱਕ ਬਆਸਾਨੀ ਪਹੁੰਚ ਸਕੇ ਵੀਡੀਓ ਇਸ ਤਰ੍ਹਾਂ ਜਿਹੜੀ ਬਣਾਉਣ ਲੱਗਾ ਉਹ ਤੁਹਾਨੂੰ ਪਤਾ ਹੈ ਬਾਖੂਬੀ ਵਾਕਫ ਵੀ ਹੋ ਔਰ ਇੰਤਜ਼ਾਰ ਵੀ ਕਰਦੇ ਹੋ ਕੋਈ ਇੱਕ ਵਾਰ ਨਹੀਂ ਦੋ ਵਾਰ ਨਹੀਂ ਵਾਰ ਵਾਰ ਦੱਸਣ ਦਾ ਅਤੇ ਇਹੀ ਤੇ ਹੁੰਦਾ ਫਾਇਦਾ ਇਹੀ ਹੁੰਦਾ ਕਿ ਬੰਦੇ ਕਈ ਪੁੱਛਦੇ ਨੇ ਕਿ ਸਾਹਿਬ ਲੱਖੋ ਕਿਹੜਾ ਮੈਂ ਉਹ ਇਸ ਗੱਲੇ ਪੂਰਾ ਦੱਸਣ ਲੱਗਾ ਜ਼ਿਲ੍ਹਾ ਗੁਜਰਾਤ ਜੀ ਤਹਿਸੀਲ ਵੀ ਗੁਜਰਾਤ ਹੈ ਜਨਾਬ ਅਤੇ ਆਪਣਾ ਪਾਸਪੋਰਟ ਆਫਿਸ ਦੇ ਨਾਲ ਜਨਾਬ ਉੱਥੋਂ ਰਸਤਾ ਵੀ ਢਲਦਾ ਅਤੇ ਜੇ ਦੂਜੇ ਰਸਤੇ ਆ ਬਾਹਰਾਂ ਲਓ ਤਾਂ ਦੇਹੀ ਇਲਾਕੇ ਜਿਹੜੇ ਆਪਣੇ ਪਿੰਡਾਂ ਵਾਲੇ ਨੇ ਜਾਣਦੇ ਨੇ ਬਾਕੀ ਜਿਹੜੇ ਬਰੂਨ ਆਪਣਾ ਦੂਰ ਦੀ ਆਉਣ ਆਏ ਨੇ ਨਾ ਅਤੇ ਆਪਣਾ ਜਿਹੜੇ ਆਉਂਦੇ ਹੋ ਬਾਹਰੋਂ ਆਪਣਾ ਆਊਟ ਜ਼ਿਲ੍ਹਾ ਉਹਨਾਂ ਵਾਸਤੇ ਜੀ ਟੀ ਰੋਡ 'ਤੇ ਜਿਹੜਾ ਨਾ ਆਪਣਾ ਸਾਨੀ ਰਵੇ ਦੀ ਪਾਸਪੋਰਟ ਆਫਿਸ ਦੇ ਨਾਲ ਅਤੇ ਬਾਕੀ ਅਲਹਮਦੁਲਿਲਾ ਜਨਾਬ ਵਾਰ ਐਤਵਾਰ ਹੈ ਅਤੇ ਪੁੱਛ ਲੈਂਦੇ ਹਾਂ ਮੁਦੱਸਰ ਕੋਲੋਂ ਵਾ ਕਿੰਨੀਆਂ ਆਉਂਦੀਆਂ ਨੇ ਕਿੰਨੀਆਂ ਵੇਗੀਆਂ ਨੇ ਕਿੰਨੀਆਂ ਖਾਲੀਆਂ ਨੇ ਅਤੇ ਇਨਸ਼ਾਅੱਲਾ ਉਹ ਤੁਹਾਡੇ ਸਾਹਮਣੇ ਲੈਣੇ ਆ ਅਸਲਾਮ ਅਲੈਕਮ ਜੀ ਵਾਲੇਕਮ ਸਲਾਮ ਭਾਈ ਸਾਹਿਬ ਹਾਂ ਜੀ ਗੁੱਜਰ ਸਾਹਿਬ ਕੀ ਹਾਲ ਹੈ ਜੀ ਸ਼ੁਕਰ ਅੱਲਾ ਦਾ ਗੁੱਜਰ ਸਾਹਿਬ ਕਿੰਨੀਆਂ ਆਉਂਦੀਆਂ ਜੀ ਗਾਵਾਂ ਆਉਂਦੀਆਂ ਜੀ ਭਾਈ ਸਾਹਿਬ 8 ਤੇ 2 ਆਉਂਦੀਆਂ ਜੀ ਝੋਟੀਆਂ ਠੀਕ ਹੋ ਗਿਆ 10 ਟੋਟਲ ਜਾਨਵਰ ਜੀ 4 ਗਾਵਾਂ ਵੇਗੀਆਂ ਜੀ ਜੀ ਤੇ 6ਾਂ ਦਾ ਮੁੱਲ ਲਾਲ 4 ਵੇਗੀਆਂ ਨੇ ਜੀ ਪਿੱਛੇ ਕਿੰਨੀਆਂ ਰਹਿ ਗਈਆਂ 6 ਜੀ ਪੱਕੀਆਂ ਪੱਕੀਆਂ ਅੱਛਾ ਤੇ 4 ਜਿਹੜੀਆਂ ਵੇਗੀਆਂ ਨੇ ਮਾਲਕ ਇੱਥੇ ਹੀ ਨੇ ਇੱਥੇ ਹੀ ਤਰੇ ਇੱਥੇ ਨੇ ਇੱਕ ਤੇ ਤੁਹਾਨੂੰ ਦੱਸ ਕੇ ਨਾ ਉਹਨਾਂ ਦੇ ਬਜ਼ੁਰਗ ਵਸੀਮ ਸ਼ਾਹਰੀ ਤੁਰ ਗਏ ਹਾਂ ਜੀ ਸਪਰਾਂਤ ਹੀ ਮੈਂ ਉਹਨਾਂ ਦਾ ਦੱਸਣਾ ਤੇ ਬਾਕੀ ਜੀ ਗਾਂ ਨੰਬਰ 1 ਜੀ ਸ਼ੁਰੂ ਕਰੋ ਜੀ 3 ਅੱਜ 2 ਹੋ ਗਈ ਜੇ ਡੱਬੇ ਖੋਲੋ ਲਿਆਓ ਜੀ ਤੇ ਆਪਣਾ ਗਾਂ ਨੰਬਰ 1 ਪਿੱਛੇ 4 ਹੀ ਫਿਰ ਬਚਦੀਆਂ ਨੇ ਲੰਬੀਆਂ ਦੋ ਝੋਟੀਆਂ ਵੀ ਨੇ ਨਾ ਹਾਂ 4 ਗਾਵਾਂ ਦੇ 4 2 ਮੱਝਾਂ ਹਾਂ ਜੀ ਗਾਂ ਨੰਬਰ 1 ਜੀ ਗਾਂ ਬਣਾਓ ਜੀ ਮੁਦੱਸਰ ਸਾਹਿਬ ਭਾਈ ਸਾਹਿਬ ਦੂਸਰੇ ਸੂਏ ਚ ਬੈੜੀ ਬੱਚਾ ਕੇ ਸਮਗਰ ਬੱਚਾ ਸਮਗਰ ਗੋਲਡਨ ਬੱਚਾ ਹਾਂ ਇੱਕ ਵਾਰ ਬੱਚਾ ਵੀ ਵਹਾਣਾ ਹੀ ਬਾਅਦ ਵਿੱਚ ਵਹਾਣੇ ਆ ਠੀਕ ਹੈ ਅੱਛਾ ਇਹਦੀ ਕੇ ਆਪਣਾ ਕਦੋਂ ਦੀ ਸੂਈ ਹੈ ਭਾਈ ਸਾਹਿਬ ਇਹਦੀ ਰਾਤ ਵੀ ਪੈਂਦੀ ਜੀ ਰਾਤ ਪੈਂਦੀ ਵੀ ਜੀ ਕਿੰਨਾ ਕੁ ਦੁੱਧ ਸੂ ਦੁੱਧ ਹੈ ਸੋ ਇਸ ਟਾਈਮ 16 ਕਿਲੋ ਜਿਹੜਾ 16 ਦੀ 2 ਕਿਲੋ ਘੱਟ ਭਾਵੇਂ ਦੱਸ ਲਓ ਕਿਲੋ ਘੱਟ ਦੱਸ ਲਓ ਹੈ 16 ਤੁਸੀਂ 14 ਲਾ ਲਓ ਹਾਂ 14 ਲਾਓ ਬਿਲਕੁਲ ਹੈ ਕਿ ਬੰਦਾ ਬੰਦਾ ਜਿਹੜਾ ਨਾ ਬਿਲਕੁਲ ਪਤਾ ਜੇ ਫਿਰ ਗਲਤ ਬਿਆਨੀ ਹੋ ਜਾਂਦੀ ਨਹੀਂ ਉਹ ਤਾਂ ਪੈਂਦਾ ਹੀ ਦੁੱਧ ਜਿਹੜਾ ਨਾ ਉਤਨਾ ਦੱਸੋ ਕਿ ਜਿਹੜਾ ਅਗਲੇ ਦੇ ਘਰ ਜਾ ਕੇ ਬੰਦੇ ਅਗਲਾ ਵੀ ਖੁਸ਼ ਹੋਵੇ ਤੇ ਤੁਸੀਂ ਵੀ ਖੁਸ਼ ਰਹੋ ਮੈਂ ਵੀ ਖੁਸ਼ ਗਾਂ ਦੀ ਕੀਮਤ ਦੱਸੋ ਜੀ ਜਿਹੜੀ ਲੈ ਲੈਣੀ ਹੈ ਸਾਹਿਬ ਫਾਈਨਲ ਜਿਹੜਾ ਦਾ ਰੇਟ ਹੈ ਨਾ ਪੂਰਾ 2 ਲੈ ਲਾਂ 2 ਪੂਰਾ ਲੈ ਲਾਂ ਦੇ ਖੋਲੋ ਜੀ ਗਾਂ ਸਾਈ ਜਰਸੀ ਲਿਆਓ ਜੀ ਹਾਂ ਜੀ ਪਸੰਦੀਦਾ ਆ ਗਿਆ ਮਾਲ ਇਹਦਾ ਬੱਚਾ ਪਹਿਲਾਂ ਵਹਾ ਲੈਣ ਬੱਚਾ ਵਹਾਓ ਜੀ ਦਾ ਕਿੱਥੇ ਦੇ ਬੱਚਾ ਇਹ ਇਧਰ ਇਹ ਜਿਹੜਾ ਗੋਲਡਨ ਅੱਛਾ ਇਹ ਬੱਚਾ ਇਹਦਾ ਜੀ ਹਾਂ ਜੀ ਹੁਣ ਆ ਗਈ ਜਰਸੀ ਆ ਗਈ 2 ਨੰਬਰ ਹਾਂ ਜੀ ਜਰਸੀ ਟੋਰੋ ਜੀ ਹਾਂ ਵੱਛੀ ਸੁ ਮਗਰ ਵੱਛੀ ਵੱਛੀ ਸੂ ਅੱਛਾ ਇਹਦੇ ਕਦੋਂ ਦੀ ਸੂਈ ਹੈ ਭਾਈ ਸਾਹਿਬ ਇਹਨੂੰ ਅੱਜ ਸੂਈ ਨੂੰ ਹੈ ਜੇ ਦੂਜਾ ਦਿਨ ਅੱਛਾ ਦੂਜਾ ਦਿਨ ਤੇ ਕਿੰਨੀਆਂ ਕੁ ਧਾਰਾਂ ਸੂ ਇਸ ਟਾਈਮ ਜਿਹੜੀਆਂ ਇਹਦੇ ਸਾਰੇ ਧਾਰਾਂ ਜੇ ਨਾ ਹਾਂ ਪੱਕੀਆਂ ਉਹ ਹੈ ਜੇ 12 ਕਿਲੋ ਤਰੋਂ ਥਣਾਂ ਦੇ 12 ਕਿਲੋ ਜੀ ਇੱਕ ਥਣ ਵੱਛੀ ਤੁਸੀਂ 11 ਦੱਸੋ ਨਹੀਂ ਨਹੀਂ ਦੁੱਧ 13 14 ਅਸੀਂ 12 ਪੇ ਦੱਸਨੇ ਚਲੋ ਫੇਰ ਠੀਕ ਹੈ ਹਾਂ ਤੇ ਮਗਰ ਇਹਦੇ ਵੱਛੀ ਜੀ ਵੱਛੀ ਅਗਲੀ ਏ ਇਹ ਅੱਗੇ ਬੱਦੀ ਵੱਛੀ ਦੱਸੋ ਜੀ ਕਲੀਅਰ ਕਰ ਨਿੱਕਿਆ ਨਾਲ ਹੀ ਕੀ ਡਿਮਾਂਡ ਇਹਦੀ ਭਾਈ ਸਾਹਿਬ ਫਾਈਨਲ ਜੀ ਜਿਹੜੀ ਗੱਲ ਇਹਦੀ ਇਹਦਾ 170 170 ਜੀ ਪੱਕਾ ਪੱਕਾ ਅੱਗੇ ਖੋਲੋ ਜੀ ਗਾਂਟ ਡੱਬੀ ਇਹ ਕਿੰਨ ਇਹਨੂੰ ਕਿਹਾ ਆਦੇ ਡੱਬੀ ਆਦੇ ਚੋਲਸਤਾਨੀ ਚੋਲਸਤਾਨੀ ਮਗਰ ਵੱਛੀ ਵੀ ਚੋਲਸਤਾਨੀ ਆਣ ਵੀ ਚੰਗੇ ਸੋ ਹੈ ਵੱਛੀ ਵੱਛੀ ਕਵਰ ਕਰ ਜੀ ਵੱਛੀ ਕਿ ਵੱਛਾ ਹੈ ਵੱਛਾ 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 ਠੀਕ ਹੈ ਚੋਲਸਤਾਨੀ ਲਿਆ ਜੀ ਇਹਦਾ ਦੱਸਿਆ ਆਪਣਾ ਕੇ ਦੱਸਿਆ ਜੀ ਜਿਹੜਾ ਵੱਛਾ ਮਗਰ ਦੇ ਨਹੀਂ ਨਹੀਂ ਦੂਜੀ ਦਾ ਰੇਟ ਕੇ ਦੱਸਿਆ 170 170 ਇਹ ਚੋਲਸਤਾਨੀ ਦਾ ਦੱਸੋ ਚੋਲਸਤਾਨੀ ਜੀ ਭਾਈ ਸਾਹਿਬ ਕਿਸੇ ਨੂੰ ਪਸੰਦ ਆ ਜੇ ਤੇ ਇਹਦਾ ਪੱਕਾ ਦੋ ਤਰੋਂ ਥਣਾਂ ਦਾ ਹੋਵੇ ਤਾਂ 10 ਕਿਲੋ 10 ਕਿਲੋ ਸੂਆ ਕਿਤਮਾ ਸੂ ਸੂਆ ਇਹਦਾ ਦੂਜਾ ਦੂਜਾ ਜੇ ਕਿਸੇ ਭਰਾ ਦੇ ਪਸੰਦ ਆ ਜੇ ਤੇ 140 ਦੀ ਫਾਈਨਲ ਦੇ ਦਿਆਂ 140 ਦੀ ਇਸ ਗੱਲੇ ਰੇਟ ਸਹੀ ਪੁੱਛ ਲਏ ਨੇ ਨਾ 140 ਇਹ ਦੂਜੀਆਂ ਦੋਆਂ ਦਾ ਸੂਆ ਨਹੀਂ ਪੁੱਛਿਆ ਯਾਰ ਪਹਿਲੇ ਨੰਬਰ ਵਾਲੀ ਦਾ ਕੀ ਸੂਆ ਪਹਿਲੇ ਨੰਬਰ ਵਾਲੀ ਦਾ ਦੂਜਾ ਹੈ ਦੂਜੇ ਨੰਬਰ ਵਾਲੀ ਦਾ ਵੀ ਦੂਜਾ ਹੈ ਤੇ ਤੀਜੇ ਨੰਬਰ ਵਾਲੀ ਦਾ ਵੀ ਦੂਜਾ ਦੂਜਾ ਇਹ ਤੀਜੇ ਚੌਥੇ ਨੰਬਰ ਵਾਲੀ ਖੋਲ ਇਹਦਾ ਕਿਤਮਾ ਸੂਆ ਹੈ ਇਹਦਾ ਤੀਸਰਾ ਇਹਨੇ ਤੀਜਾ ਸੂਆ ਸੁਣਾ ਇਹ ਕਿਹੜੀ ਨਸਲ ਹੈ ਇਹ ਨਜ਼ਰ ਆ ਜਾਂਦੀ ਹੈ ਸਾਰਿਆਂ ਭਰਾਵਾਂ ਨੂੰ ਇਹਦੇ ਚੋਲਸਤਾਨੀ ਦਾ ਕ੍ਰਾਸ ਤੇ ਫਰੀਜ਼ਨ ਦਾ ਚੋਲਸਤਾਨੀ ਦਾ ਜਾ ਫਰੀਜ਼ਨ ਦਾ ਜਾ ਤੇ ਇਹਦੀ ਕੀ ਡਿਮਾਂਡ ਕਰਨੀ ਹੈ ਇਹਦੇ ਧੜੇ ਹਿਸਾਬ ਰਹਿੰਦੇ ਜੀ 10 ਕਿਲੋ
ਅਜੇ ਤਰੀਕ ਵਿੱਚ ਸੋਣ ਵਿੱਚ ਅੱਛਾ ਚੌਥੇ ਨੰਬਰ ਵਾਲੀ ਦੋ ਦੀ ਲਿਆ ਜੀ ਮਾਝ ਨੰਬਰ ਇੱਕ ਝੋਟੀਆਂ ਵੀ ਹੁਣ ਪਾਉਣ ਲੱਗ ਪਏ ਹੋ ਕਦੋਂ ਦੀਆਂ ਪਾਉਂਦੇ ਪਏ ਹੁਣ ਖੈਰ ਨਾਲ ਥੱਲੇ ਜਿਹੜਾ ਦੁੱਧ ਜੇ ਨਾ ਦੋਵਾਂ ਟਾਈਮਾਂ ਦਾ 10 ਕਿਲੋ ਤਿੰਨਾਂ ਥਣਾਂ ਦਾ ਜਿਹੜੇ ਦਿਲ ਤਰੇ ਚੋਲ 10 ਕਿਲੋ ਇਹਦੀ ਇੱਕ ਭਰਾ ਨਾਲ ਗੱਲ ਹੋਈ ਵੀ ਹੈ ਲੇਕਿਨ ਅਜੇ ਪੱਕੀ ਪੀੜੀ ਨੀ ਹੋਈ ਲੇਕਿਨ ਅਸੀਂ ਮੁੱਲ ਆਰਨੇ ਆ ਜੇ ਉਹਨਾਂ ਖੜੀ ਦੇ ਕੋਲ ਲੈ ਜਾਣ ਦੇ ਨਾ ਖੜੀ ਤੇ ਹੋਰ ਕੋਈ ਭਰਾ ਲੈ ਇੱਕ 85 ਅੱਛਾ ਜੀ ਆਓ ਜੀ ਕਿੰਨਾ ਲਈਏ ਭਾਈ ਜਾਨ ਇੱਕ ਵਾਰੀ ਗਾਂ ਵਹਾ ਲੋ ਨਾ ਗਾਂ ਵੇਖਦਾ ਪਿਆ ਐ ਭਾਈ ਇਹਨਾਂ ਲਈ ਜੇ ਗਾਂ ਵੇਖਦੇ ਨੇ ਆਇਓ ਜੀ ਵੱਛੀ ਸੁ ਵੱਛੀ ਚਲੋ ਆਓ ਜੀ ਭਾਈ ਜਾਨ ਅਸਲਾਮ ਅਲੈਕਮ ਜੀ ਵਾਲੇਕੁਮ ਸਲਾਮ ਭਾਈ ਜਾਨ ਕਿਹੜਾ ਇਲਾਕਾ ਹੈ ਜੀ ਇਲਾਕਾ ਸਾਡਾ ਗੁਜਰਾਤ ਹੀ ਹੈ ਲੇਕਿਨ ਆਏ ਅਸੀਂ ਪਿੰਡੀ ਤੋਂ ਰਾਵਲਪਿੰਡੀ ਹਾਂਜੀ ਰਾਵਲਪਿੰਡੀ ਗੁਜਰਾਤ ਕਿਹੜੀ ਜਗ੍ਹਾ ਦੇ ਹੋ ਚੱਕ ਮਹਮੂਦ ਚੱਕ ਮਹਮੂਦ ਦੇ ਜੀ ਉੱਥੇ ਦੇ ਰਹਿਸ਼ੀ ਹੋਣ ਹੁਣ ਰਾਵਲਪਿੰਡੀ ਦੇ ਰਹਿਸ਼ੀ ਰਹਿਸ਼ੀ ਉੱਥੇ ਦੇ ਹੋ ਕਿ ਸਿਰਫ ਡੇਰੀ ਡੇਰੀ ਦੀ ਆਸਾ ਕੇ ਨਹੀਂ ਰਹਿਸ਼ੀ ਅਸੀਂ ਰਹਿਸ਼ੀ ਵੀ ਉੱਥੇ ਦੇ ਕੀ ਨਾਮ ਹੈ ਜਨਾਬ ਦੇ ਕੈਸਰ ਕੈਸਰ ਤੇ ਕੈਸਰ ਸਾਹਿਬ ਜਿਹੜੀ ਗਾਂ ਵਹਾਈ ਹੈ ਜੀ ਜੀ ਇਹ ਜਿਹੜੀ ਤੁਸੀਂ ਲਈ ਹੈ ਗਾਂ ਕਿੰਨੇ ਦੀ ਹੈ ਗਾਂ ਗਾਂ ਅਸੀਂ ਲਈ ਹੈ ਅੰਮ੍ਰਿਤਸਰ ਭਾਈ ਕੋਲ 2 ਲੱਖ ਦੀ 2 ਲੱਖ ਦੀ 2 ਲੱਖ ਦੀ ਬੰਦਾ ਕੈਸਾ ਹੈ ਬੰਦਾ ਬਹੁਤ ਅੱਛਾ ਹੈ ਮੇਰੀ ਨਾਲ ਪਹਿਲਾਂ ਵੀ ਮੁਲਾਕਾਤ ਹੈ ਮੰਡੀ 'ਚ ਅੱਛਾ ਤੇ ਬਹੁਤ ਅੱਗੇ ਵੀ ਡੰਗਰ ਸ਼ੰਗਰ ਲੈਂਦੇ ਹੋ ਇਹਨਾਂ ਕੋਲ ਵਾਰ ਠੀਕ ਹੈ ਇਹਨਾਂ ਦਾ ਅਲਹਮਦੁਲਿਲਾ ਡੰਗਰ ਵੀ ਚੰਗੇ ਹੁੰਦੇ ਨੇ ਬਿਲਕੁਲ ਬਸ ਇਹ ਚੀਜ਼ ਹੈ ਬਹੁਤ ਮਿਹਰਬਾਨੀ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਆਓ ਜੀ ਮਾਲਕ ਨੰਬਰ 2 ਜੀ ਸ਼ਹਿਰਾਂ ਦੀ ਹਾਂ ਜੀ ਇਹ ਗਾਂ ਵਹਾ ਦਿਓ ਜੀ ਇਹ ਵਸੀਮ ਸ਼ਾਹ ਜੀ ਪਿੰਡ ਸਪਰਾ ਹਾਂ ਜੀ ਮੁਦਾਸਰ ਭਾਈ ਇਹ ਗਾਂ ਉਹਨਾਂ ਦੀ ਹੈ ਜੀ ਇਹ ਕਿੰਨੇ ਦੀ ਲਈ ਹੈ ਸ਼ਹਿਰਾਂ ਦਾ ਸ਼ਹਿਰਾਂ ਦਾ ਤੇ ਮੁੱਲ ਸਾਡਾ ਕੋ ਨਹੀਂ ਉਹਨਾਂ ਭਰਾਵਾਂ ਤਾਂ ਲੱਗਦਾ ਉਹ ਆਪਣੀ ਗੱਲ ਟੋਡੀ ਸੌਦਾ ਇਹਦਾ ਮੁੱਲ ਚਲੋ ਪੜਦੇ ਹੀ ਰੱਖਿਆ ਕਰੋ ਇਹਨਾਂ ਦਾ ਮੁੱਲ ਸ਼ੌਲ ਕੋ ਨਹੀਂ ਦੱਸਣਾ ਰੱਖਿਆ ਕਰੋ ਜੀ ਪੜਦੇ ਜੀ ਆ ਜੀ ਗਾਂ ਨੰਬਰ 3 ਵਹਾਓ ਜੀ 3 ਜਿਹੜੀ ਵਿੱਕੀ ਹੈ ਇਹ 3 ਨੰਬਰ ਗਾਂ ਕਿੱਧਰ ਗਈ ਨੂੰ ਇਧਰ ਆਓ ਭਾਈ ਜਾਓ ਆ ਵਹਾ ਜੀ ਪੂਰੀ ਇੱਕ ਵਾਰੀ ਮੁੜਿਆ ਇਹ ਸੋਹਣ ਵਾਲੀ ਜੇ ਗਾਂ ਦੂਸਰਾ ਸੂਆ ਜੀ ਉਹ ਵੇਖ ਲਈਏ ਨਾ ਗਾਂ ਫਿਰ ਉਹਨਾਂ ਨੂੰ ਪੁੱਛ ਲੈਂਦੇ ਆ ਤੇ ਠੀਕ ਹੈ ਜੀ ਪਿੰਡੀ ਵਾਲਿਓ ਅੱਲਾ ਦੇ ਵਾਲੇ ਅੱਲਾ ਸੋਹਣੇ ਦੇ ਵਾਲੇ ਅੱਲਾ ਪਾ ਖੈਰ ਰੱਖੇ ਤੁਹਾਨੂੰ ਖੈਰ ਖਰੀਅਤ ਨਾਲ ਖੜੇ ਤੇ ਖੈਰ ਹੀ ਆਓ ਤੇ ਸਲਾਮਤੀ ਜਾਓ ਗਾਂ ਵਹਾ ਸੜੀ ਜੀ ਹਾਂ ਜੀ ਅਸਲਾਮ ਅਲੈਕਮ ਜੀ ਕਿਹੜਾ ਪਿੰਡ ਹੈ ਜਨਾਬ ਸਰ ਦੀਨਾ ਦੀਨਾ ਕੀ ਨਾਂ ਹੈ ਜਨਾਬ ਦੇ ਚੌਧਰੀ ਫਹਿਮ ਚੌਧਰੀ ਫਹਿਮ ਫਹਿਮ ਸਾਹਿਬ ਕਿਸ ਤਰ੍ਹਾਂ ਪਹੁੰਚੇ ਹੋ ਇੱਥੇ ਠੀਕ ਹੋ ਗਈ ਇਹ ਕਿੰਨੇ ਦੀ ਹੋਈ ਤਕਰੀਬਨ ਦੱਸੋ ਜਿੰਨੇ ਦੀ ਸਹੀ ਲਈ ਜੇ 2 55 2 55 ਦੀ ਬਸ ਇਹ ਗੱਲ ਨਾ ਜਿਹੜੀ ਲਈ ਹੈ ਦੱਸੋ ਇਹਦੇ ਜੀ ਕਿਹੜੀ ਗੱਲ ਹੈ ਆਓ ਜੀ ਅੱਗੇ ਗਾਂ ਨੰਬਰ ਬਹੁਤ ਮਿਹਰਬਾਨੀ ਜਨਾਬ ਫਹਿਮ ਸਾਹਿਬ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਅੱਲਾ ਜੀ ਤੁਹਾਨੂੰ ਚੁੰਗਣੀ ਦੇ ਤੇ ਤੁਹਾਡੇ ਨਸੀਬ ਕਰੇ ਮਿਹਰਬਾਨੀ ਹਾਂ ਜੀ ਗਾਂ ਨੰਬਰ 4 ਆਓ ਜੀ ਮਾਲਕ ਕਿੱਧਰ ਗਏ ਨੇ ਆਓ ਜੀ ਗਾਂ ਕਰੋ
ਬਹਾ ਦਿਓ ਆ ਜੀ ਮਾਲਕ ਸਾਹਿਬ ਆ ਜਾਓ ਕਿਹੜੇ ਤੇ ਭਾਈ ਆ ਜੀ ਫੋਨ ਇੱਕ ਮਿੰਟ ਬੰਦ ਕਰੋ ਜਰਾ ਜੀ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਜਨਾਬ ਕੀ ਹਾਲ ਹੈ ਖਰੀਅਤ ਹੈ ਅੱਲਾ ਦੀ ਮਿਹਰਬਾਨੀ ਠੀਕ ਅੱਛਾ ਇਹ ਜਿਹੜੀ ਗਾਂ ਲਈ ਜੇ ਇਹ ਕਿੰਨੇ ਦੀ ਲਈ ਜੇ ਚਲੋ ਗਾਂ ਦੇ ਮੂੜੇ ਵਹਾ ਛੜੀਏ ਤੇ ਪਹਿਲਾ ਸਭ ਕੀ ਇਹ ਦੱਸੋ ਜਨਾਬ ਪਿੰਡ ਕਿਹੜਾ ਹੈ ਪਿੰਡ ਸਾਡਾ ਜੀ ਕੋਟ ਨਾ ਸਾਡੇ ਕੋਟ ਡੋੜਾ ਵਾਲੀ ਪਿੰਡ ਸ਼ਾਹ ਕੋਟ ਦੀ ਹੈ ਹਾਂ ਆਪਣਾ ਗੱਖੜ ਪਾਈ ਤੇ ਥੋੜੀ ਸਾਈਡ ਤੇ ਵਜ਼ੀਰਾਬਾਦ ਦੇ ਚੰਦਾ ਵਜ਼ੀਰਾਬਾਦ ਤੇ ਪਹਿਲੀ ਦਫੇ ਇੱਥੇ ਆਇਆ ਵੇਖੋ ਅੱਲਾ ਤਾਲਾ ਨੂੰ ਜੋ ਮਨਜ਼ੂਰ ਜੀ ਵੇਖੋ ਜੀ ਅੱਗੂ ਫਿਰ ਤੁਹਾਡੇ ਨਸੀਬ ਨੇ ਨਾ ਜੇ ਸਹੀ ਵਰਤੇ ਤੇ ਅੱਗੂ ਆ ਜਾਓ ਤੇ ਨਾ ਸਹੀ ਵਰਤੇ ਲੰਬਾਈ ਗੱਲ ਤੇ ਨਾ ਮੈਂ ਕਹਿੰਦਾ ਇਨਸ਼ਾਅੱਲਾ ਸਵਾਦ ਆਵੇਦਾ ਨੇ ਜੀ ਬਸ ਸਵਾਦ ਆਉਣਾ ਚਾਹੀਦਾ ਗਾਂ ਆਈ ਏ ਵੱਛੀ ਦੇ ਮਗਰ ਤੇ ਵੱਛੀ ਵੀ ਹੋ ਗਈ ਏ ਠੀਕ ਹੈ ਜੀ ਭਾਈ ਜਾਨ ਕੀ ਨਾਂ ਹੈ ਆਪਣਾ ਮੁਹੰਮਦ ਰਿਆਜ਼ ਤਾਰੜ ਮੁਹੰਮਦ ਰਿਆਜ਼ ਤਾਰੜ ਤਾਰੜ ਸਾਹਿਬ ਬੜੀ ਮਿਹਰਬਾਨੀ ਤੇ ਨਵਾਜ਼ਿਸ਼ ਜਿਹੜਾ ਤੁਸੀਂ ਮਾਣ ਰੱਖ ਕੇ ਆਏ ਹੋ ਤੇ ਜਿਹੜੇ ਭਰਾ ਦੇ ਵੀ ਜਾਂਦੇ ਹੋ ਛੜਾ ਤੁਸੀਂ ਨਹੀਂ ਜਿੱਥੇ ਵੀ ਜਿਹੜੀ ਵੀ ਵੀਡੀਓ ਬਣਦੀ ਹੈ ਜਿੱਥੋਂ ਵੀ ਭਰਾ ਟੁਰ ਕੇ ਆਉਂਦਾ ਨਜ਼ਦੀਕ ਤੀ ਆਵੇ ਦੂਰ ਤੀ ਆਵੇ ਮਾਣ ਰੱਖ ਕੇ ਆਉਂਦਾ ਉਹਦੇ ਮਾਣ ਨੂੰ ਠੇਸ ਵੀ ਨਾ ਪਹੁੰਚਾਇਆ ਕਰੋ ਤੇ ਮਿਆਰ ਦੀ ਚੀਜ਼ ਜਿਹੜੀ ਉਹਨੂੰ ਦਿਆ ਕਰੋ ਜੇ ਨੁਕਸ ਹੋਵੇ ਤੇ ਉਹਨੂੰ ਦੱਸ ਛੜਿਆ ਭਾਈ ਜੀ ਹੈ ਇਹ ਨੁਕਸ ਹੈ ਜੀ ਬਾਕੀ ਜੇ ਤੈਨੂੰ ਮੰਨਦਾ ਤੇ ਪਾ ਲੈ ਨਾ ਮੰਨਦਾ ਹੋਵੇ ਬਿਲਕੁਲ ਔਰ ਅੱਕ ਲਾਲ ਵੀ ਹੋ ਜਾਂਦਾ ਉਹਦੇ ਚ ਸਾਰਾ ਕੰਮ ਡੰਗਰ ਵਿਕ ਜਾਂਦਾ ਹੈ ਵਿਕਣ ਨੂੰ ਕੋਈ ਨਹੀਂ ਵਿਕ ਜਾਂਦਾ ਹੈ ਲੇਕਿਨ ਉਹ ਕਿੰਨੀ ਕੁ ਵਾਰੀ ਵਿਕੇਦਾ ਗੱਲ ਤੇ ਅਸਲ ਇਹ ਨਾ ਆਪਣਾ ਤਾਰੜ ਸਾਹਿਬ ਲਓ ਜੀ ਅੱਲਾ ਪਾਕ ਖੈਰ ਕਰੇ ਆਓ ਜੀ ਹੈਲੋ ਚਲੋ ਜੀ ਚਲੋ ਇੱਧਰ ਆ ਜਾਓ ਭਾਈ ਜਾਨ ਜੀ ਸਾਰੇ ਆਓ ਇੱਧਰ ਅਸਲਾਮ ਅਲੈਕੁਮ ਜੀ ਕਿੱਥੋਂ ਆਏ ਜਨਾਬ ਗਾਂ ਲਈ ਜੇ ਕਿ ਲੈਣੀ ਜੀ ਸਾਰੇ ਵਿੱਚ ਪਸੰਦ ਆਈਆਂ ਲੇਕਿਨ ਵਿਕ ਚੁੱਕੀਆਂ ਜਿਹੜੀਆਂ ਪਸੰਦ ਆਈਆਂ ਨੇ ਨਿਕਲ ਗਈਆਂ ਇੱਧਰ ਹੋ ਜਾਓ ਯਾਰ ਉਹ ਇੱਥੇ ਆ ਜਾਓ ਤੁਸੀਂ ਕਿਹੜਾ ਰੁੱਸ ਗਏ ਹੋ ਯਾਰ ਆ ਜਾਓ ਜੀ ਰਾ ਇੱਕ ਮਿੰਟ ਚਲੋ ਆ ਜਾਣ ਦੇ ਉਹਨਾਂ ਨੇ ਗੱਲ ਕਰ ਲਈ ਠੀਕ ਹੈ ਅੱਲਾ ਦੇ ਹਵਾਲੇ ਜਾਓ ਜੀ ਤੁਸੀਂ ਅੱਲਾ ਪਾ ਖੈਰ ਕਰੇ ਤੁਸੀਂ ਜਲਦੀ ਵੀ ਚੁੱਕੇ ਲੇਟ ਹੁੰਦੇ ਹੋ ਫਿਰ ਲਓ ਜੀ ਅੱਲਾ ਪਾ ਖੈਰ ਕਰੇ ਮਿਆਣੇ ਚੱਕ ਵਾਲੇ ਉਹ ਨੈਕਸਟ ਟਾਈਮ ਸੀ ਜਿਹੜੀਆਂ ਤਰੈ ਰਹਿ ਗਈਆਂ ਨੇ ਜਿੰਨੀ ਪਸੰਦ ਹੈ ਤੇ ਮੈਂ ਨਹੀਂ ਆਖਦਾ ਇਹ ਖੋਲ ਕੇ ਖੜੋ ਜਿਹੜੀ ਪਸੰਦ ਹੈ ਉਹ ਲੈ ਕੇ ਜਾਈਓ ਜੁਮੇਰਾਤ ਆ ਜਾਈਓ ਅਗਲੇ ਐਤਵਾਰ ਆ ਜਾਈਓ ਇਹ ਤੁਹਾਡੀ ਮਰਜ਼ੀ ਅੱਲਾ ਪਾਕ ਤੁਹਾਨੂੰ ਖੁਸ਼ ਰੱਖੇ ਤਾਰੜ ਸਾਹਿਬ ਆ ਜਾਓ ਛੱਡ ਦਿਓ ਫੋਨ ਨੂੰ ਜ਼ਰਾ ਇੱਥੇ ਆ ਜਾਓ ਤੇ ਤੁਹਾਡੀ ਕਦਰ ਇਸ ਗੱਲ ਕਰਨੀ ਆ ਬਾਲੀ ਕਿ ਤੁਸੀਂ ਕਰਮ ਵਾਲੇ ਵਜ਼ੀਰਾਬਾਦ ਨੂੰ ਆ ਗਏ ਹੋ ਤੇ ਅਸੀਂ ਤੇ ਇੱਥੇ ਆ ਨਾ ਠੀਕ ਹੈ ਮੈਣੇ ਚੱਕ ਵਾਲੇ ਵੀ ਇੱਥੇ ਦੇ ਨੇ ਪਿੰਡੀ ਵਾਲਿਆਂ ਨੇ ਉਹਨਾਂ ਨੂੰ ਜਲਦੀ ਉਹਨਾਂ ਦਾ ਫਰਜ਼ ਵੀ ਬਣਦਾ ਹੈ ਵਾਹ ਵਾਹ ਵੇਟ ਉਹਨਾਂ ਕੀਤਾ ਚਲੋ ਅੱਲਾ ਦੇ ਹਵਾਲੇ ਤੇ ਹੋਰ ਕਿਹੜੇ ਜੇ ਆਪਣਾ ਮੰਗਲਾ ਵਾਲੇ ਵਾਸਤੇ ਅੱਗੇ ਹੋ ਕੇ ਪਿੱਛੇ ਤੇ ਨਾ ਜਾਓ ਤੁਸੀਂ ਹੁਣ ਦੂਰ ਦਿਓ ਵਜ਼ੀਰਾਬਾਦ ਵਾਲਿਆਂ ਨੂੰ ਵੀ ਦੂਰ ਦਿਓ ਤੁਸੀਂ ਪਿੱਛੇ ਟੁਰ ਗਏ ਹੋ ਲਓ ਜੀ ਅੱਲਾ ਪਾਕ ਖੈਰ ਕਰੇ ਇਨਸ਼ਾਅੱਲਾ ਵੀਡੀਓ ਜਿਹੜੀ ਹੈ ਉਹ ਤੁਸੀਂ ਵੇਖ ਲਈਏ ਤੇ ਹੋਰ ਕੈਂਡੀਡੇਟ ਦੋਵਾਂ ਤੱਕ ਤੁਸੀਂ ਵੇਖ ਲੈਣੀ ਹੈ ਤੇ ਅੱਲਾ ਪਾਕ ਖੈਰ ਕਰੇ ਰਹੀ ਗੱਲ ਜਿਹੜੀ ਕੋਈ ਇਹ ਹੀ ਗੱਲ ਮੈਂ ਕਰਨਾ ਬਾਰ ਬਾਰ ਕਿ ਤਾਰੜ ਸਾਹਿਬ ਤੁਹਾਨੂੰ ਵੀ ਇਹ ਹੀ ਕਿਹਾ ਅਤੇ ਇਹਨਾਂ ਭਰਾਵਾਂ ਨੂੰ ਵੀ ਇਹ ਹੀ ਕਿਹਾ ਹੋਰ ਜਿਤਨੇ ਭਰਾ ਵੀਡੀਓ ਬਣਵਾਉਂਦੇ ਨੇ ਕਿ ਡੰਗਰ ਜਿਹੜਾ ਇਮਾਨ 'ਤੇ ਬੰਦਾ ਆਉਂਦਾ ਇਮਾਨ ਰੱਖ ਕੇ ਇਤਮਾਦ 'ਤੇ ਉਹਦਾ ਇਤਮਾਦ ਨੂੰ ਠੇਸ ਨਾ ਪਹੁੰਚਾਇਆ ਕਰੋ ਅਤੇ ਪੂਰੀ ਗੱਲ ਜਿਹੜੀ ਪੂਰੀ ਉਤਰਿਆ ਕਰੋ ਉਸ ਗੱਲ 'ਤੇ ਬਾਕੀ ਇਹ ਚੀਜ਼ ਜ਼ਰੂਰ ਨੋਟ ਕਰਿਆ ਕਰੋ ਇਹਨਾਂ ਦੀ ਕਿ ਜਿਹੜੀ ਇਹ ਗੱਲ ਕਰਦੇ ਨੇ ਨਾ ਉਹ ਨੋਟ ਕਰਕੇ ਉਹਨੂੰ ਚੈੱਕ ਕਰਿਆ ਕਰੋ ਤਸੱਲੀ ਠੀਕ ਹੈ ਨਾ ਉਹਨੂੰ ਚੋਣਾ ਚਾਹੀਦਾ ਉਹਦੇ 'ਚ ਇੱਕ ਤਾਂ ਇਹ ਵੀ ਪਾਕ ਪਾਸ ਹੋ ਜਾਂਦੇ ਨੇ ਤੁਸੀਂ ਵੀ ਪਾਕ ਹੋ ਮੈਂ ਵੀ ਪਾਕ ਠੀਕ ਹੈ ਮੈਂ ਹਰ ਇਸ ਚੀਜ਼ ਵੱਲ ਆਉਂਦਾ ਹੀ ਨਹੀਂ ਕਿਉਂਕਿ ਉਹ ਤਾਂ ਮੈਂ ਦੋਵਾਂ ਚੀਜ਼ਾਂ ਦੀ ਗਰੰਟੀ ਦਿੰਦਾ ਹੁੰਦਾ ਕਿ ਪੈਸਾ ਅਕਾਊਂਟ ਵਿੱਚ ਇਹਨਾਂ ਦੇ ਵਿੱਚ ਪਾਓ ਉਹਦੀ ਹੇਰਾਫੇਰੀ ਕਰਨ ਤਾਂ ਮੈਂ ਗਰੰਟਰ ਹਾਂ ਅਗਰ ਡੰਗਰ ਜਿਹੜਾ ਵਹਾਉਂਦੇ ਨੇ ਇਹ ਚੇਂਜ ਕਰਕੇ ਦੇਣ ਤਾਂ ਮੈਂ ਗਰੰਟਰ ਹਾਂ ਬਾਕੀ ਆਪਣੀ ਤਸੱਲੀ ਕਰਿਆ ਰਹੀ ਗੱਲ ਦੂਜੀ ਇਹਨਾਂ ਨੂੰ ਮੈਂ ਆਖਦਾ ਰਹਿੰਦਾ ਸਾਰਿਆਂ ਨੂੰ ਛੜਾ ਮਦੱਸਰ ਨੂੰ ਨਹੀਂ ਸਾਰਿਆਂ ਨੂੰ ਕਿ ਭਾਈ ਦੁੱਧ ਉਤਨਾ ਦੱਸਿਆ ਕਰੋ ਜਿਸ ਤਰ੍ਹਾਂ ਹੈ ਬਾਕੀ ਜਿਹੜਾ ਇਹ ਆਪਣਾ ਹਿਸਾਬ ਕਿਤਾਬ ਲਾ ਕੇ ਅਤੇ ਰਹੀ ਗੱਲ ਇਹਦੀ ਮਦੱਸਰ ਕੋਲ ਅੱਜ ਮੈਂ ਪੁੱਛ ਲੈਂਦਾ
ਕਿ ਕਿਤਨੇ ਇਤਨਾ ਅਰਸਾ ਹੋ ਗਿਆ ਵੀਡੀਓ ਬਣਾਉਂਦੇ ਆ ਯਾਰ, ਤੂੰ ਵੀ ਦੱਸ ਰਿਹਾ ਕਰ ਵਾ ਇਤਨੀ ਗਾਂ ਸੇਲ ਹੋ ਗਈ ਹੈ, ਹਰ ਬੰਦਾ ਜੇ ਦੱਸਦਾ ਕੋਈ ਤਾਂ ਮੈਂ ਪੁੱਛ ਲੈਂਦਾ। ਚੋਣਾ ਚਾਹੀਦਾ ਕਿ ਨਹੀਂ? ਔਰ ਲੜ ਕੇ ਲਿਆ ਕਰੋ ਕੋਲ ਕੇ, ਕਿਉਂਕਿ ਸੁਨਤ ਵੀ ਹੈ। ਬਾਕੀ ਅਗਲੀ ਗੱਲ ਜਿਹੜੀ ਹੈ ਬਾਅਦ ਦੀ ਹੈ। ਹਾਂਜੀ ਮੁਦੱਸਰ ਸਾਹਿਬ, ਕਿਤਨੀਆਂ ਗਾਵਾਂ ਸੇਲ ਹੋਈਆਂ ਨੇ? ਅੱਜ ਸਾਹਿਬ ਅਲਹਮਦੁਲਿਲਾ ਅੱਜ ਜਿਹੜੀਆਂ ਗਾਵਾਂ 10 ਪਾ ਕੇ 400 ਗਾਂ ਹੋ ਗਈ ਕਿਸੇ 400। ਚਲੋ ਜੀ, ਬੜੀ ਮੁਬਾਰਕਬਾਦ ਹੈ ਜੀ ਮੇਰੀ ਤਰਫੋਂ, ਤੇ ਸਬਸਕ੍ਰਾਈਬਰ ਵੀ ਤੁਹਾਨੂੰ ਦੇਣ ਦੇ। ਔਰ ਦੂਜੇ ਨੰਬਰ 'ਤੇ ਇੱਕੋ ਹੀ ਚੀਜ਼ ਹੈ ਜਨਾਬ, ਬੰਦਾ ਹੈ ਜਿਹੜਾ ਉਹਦਾ ਗੌਰ ਅਲੀ ਨੌਰ, ਬਹੁਤ ਅੱਛਾ ਸਾਫ਼ ਕੰਮ ਕਰਦਾ ਪਿਆ ਉਹ ਤੁਹਾਡੇ ਭਰਾਵਾਂ ਦੇ ਸਾਹਮਣੇ। ਉਹਦੇ ਉਹ ਜਿਸ ਤਰ੍ਹਾਂ ਸਬਸਕ੍ਰਾਈਬ ਕੀਤੇ ਆ, ਇਸੇ ਤਰ੍ਹਾਂ ਉਹਨੂੰ ਹੋਰ ਕਰਨਾ, ਸਬਸਕ੍ਰਾਈਬ ਵੀ ਕਰਨਾ ਜਿਹੜੇ ਭਰਾਵਾਂ ਨਹੀਂ ਕੀਤੇ ਆ, ਅਤੇ ਉਹਦੀ ਬੈੱਲ ਆਈਕਾਨ ਵੀ ਦਬਾਣੀ ਹੈ। ਬੜਾ ਅੱਛਾ ਕੰਮ ਕਰਦਾ ਪਿਆ, ਬੜੀ ਅੱਛੀ ਖੁਸ਼ਬੋ ਮੈਨੂੰ ਉਹਦੀ ਆਉਂਦੀ ਹੈ ਵੀ ਗੌਰ ਅਲੀ ਨੌਰ ਹੈ ਜੀ ਆਪਣਾ ਆਰਫ ਵਾਲੇ ਨੀਲੀ ਵਿੱਚ ਜੀ, ਠੀਕ ਹੈ। ਅਤੇ ਉਸ ਬੰਦੇ ਦਾ ਜਨਾਬ ਮੇਰੀ ਜ਼ਰੂਰ ਇਹਦਾ ਆਪਣਾ ਉਹਦੀ ਹੌਸਲਾ ਅਫਜ਼ਾਈ ਕਰਨੀ ਹੈ। ਨਾਲ ਜਨਾਬ ਆਪਣਾ ਮੁਹੰਮਦ ਨੂਰ ਟੀ ਵੀ ਹੈ, ਬਜ਼ੁਰਗ ਆਦਮੀ ਹੈ, ਉਹਦੇ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਨਾ। ਅਤੇ ਇਹ ਦੋਵੇਂ ਚੀਜ਼ਾਂ ਜਿਹੜੀਆਂ ਨੋਟ ਕਰਨੀਆਂ ਨੇ ਮੇਰੇ ਵਾਸਤੇ ਕਰਨੀਆਂ ਨੇ ਤੁਹਾਡੀ ਮਿਹਰਬਾਨੀ। ਅਤੇ ਜੀ ਜਿਹੜੇ ਭਰਾ ਦਾ ਸਲਾਮ ਹੈ ਦੇ ਦਿਓ। ਅੱਜ ਸਾਹਿਬ ਸਲਾਮ ਤਾਂ ਕਾਫੀ ਭਰਾ ਦਿੰਦੇ ਨੇ, ਲੇਕਿਨ ਯਾਦ ਨਹੀਂ ਰਹਿੰਦਾ। ਅਤੇ ਇਹ ਹਾਜੀ ਮੁਹੰਮਦ ਖਲੀਲ ਹੈ, ਪਿੰਡੀ ਬਹਿਰੀਆ ਡੋਨ ਨੇ, ਉਹਨਾਂ ਸਾਡੇ ਕੋਲ ਅੱਜ ਤੋਂ 5 ਸਾਲ ਪਹਿਲਾਂ ਵੀ ਗਾਵਾਂ ਖੜੀਆਂ, ਉਹ ਸਲਾਮ ਭੇਜਦੇ ਰਾਤੀ ਤੁਹਾਨੂੰ ਵੀ ਅਤੇ ਸਾਨੂੰ। ਅੱਲਾਹ ਉਹਨਾਂ ਨੂੰ ਖੁਸ਼ ਰੱਖੇ, ਅੱਲਾਹ ਸਲਾਮਤ ਰੱਖੇ। ਲਓ ਜੀ ਹਾਜੀ ਖਲੀਲ ਸਾਹਿਬ, ਅੱਲਾਹ ਪਾਕ ਤੁਹਾਨੂੰ ਸਿਹਤ ਦੇ, ਤੰਦਰੁਸਤੀ ਦੇ, ਜਿੱਥੇ ਵੀ ਸੁਣਦੇ ਹੋ ਪੇ ਵੀਡੀਓ ਵੇਖਦੇ ਹੋ ਪੇ, ਮੇਰੀ ਤਰਫੋਂ ਤੁਹਾਨੂੰ ਸਲਾਮ। ਔਰ ਰਹਿਣ 'ਤੇ ਮੇਰਾ ਇੱਕ ਮਿਸ਼ਨ ਹੈ, ਇੱਕ ਨਾਂ ਹੈ, ਇੱਕ ਕੰਮ ਹੈ, ਉਹ ਮੈਂ ਕਰਨਾ ਕਿ ਪਾਕ ਆਰਮੀ ਨੂੰ ਦੋ ਹੱਥਾਂ ਨਾਲ ਸਲਾਮ ਹੈ ਜੀ, ਸਾਰੇ ਭਰਾ ਜੀ ਭਾਈ ਮਾਦਰਤ ਨਾਲ ਸਲਾਮ ਕਰਨਾ ਇੰਝ ਕਰਕੇ ਆਰਮੀ ਨੂੰ ਆਪਣੇ ਹੱਥਾਂ ਨਾਲ, ਕਿ ਸਦਾ ਖੁਸ਼ ਰਹੋ, ਵਸਦੇ ਰਹੋ, ਹੱਸਦੇ ਰਹੋ। ਅੱਲਾਹ ਪਾਕ ਤੁਹਾਨੂੰ ਸ਼ਾਦ ਰੱਖੇ, ਆਬਾਦ ਰੱਖੇ। ਜਿਸ ਤਰ੍ਹਾਂ ਤੁਸੀਂ ਕੁਰਬਾਨੀਆਂ ਦਿੰਦੇ ਹੋ ਪਏ, ਉਹਨਾਂ ਕੁਰਬਾਨੀਆਂ ਦਾ ਸਿਲਾ ਅਸੀਂ ਮੌਜਾ ਕਰਦੇ ਹਾਂ ਪਏ, ਇਹ ਗੱਲ ਕਾਰਨ ਸਾਹਿਬ। ਅਤੇ ਅੱਲਾਹ ਪਾਕ ਤੁਹਾਨੂੰ ਦਿਨ ਦੁੱਗਣੀ ਰਾਤ ਦੁੱਗਣੀ ਇਮਾਨ ਦੀ ਦੌਲਤ ਨਾਲ ਨਵਾਜੇ। ਔਰ ਇਸੇ ਤਰ੍ਹਾਂ ਪੁਆਇੰਦਾਬਾਦ ਰਹੋ, ਜ਼ਿੰਦਾਬਾਦ ਰਹੋ, ਤੁਹਾਡੇ ਨਾਲ ਹੀ ਸਾਡੀਆਂ ਸ਼ਾਨਾਂ ਨੇ, ਤੁਹਾਡੇ ਨਾਲ ਹੀ ਬਾਰਾਂ ਨੇ। ਅੱਲਾਹ ਪਾਕ ਤੁਹਾਨੂੰ ਸਿਹਤ ਦੇ, ਤੰਦਰੁਸਤੀ ਦੇ ਜੇ। ਲਓ ਜੀ, ਕਿਸੇ ਵੀਡੀਓ ਦੇ ਨਾਲ ਇਜਾਜ਼ਤ ਮੰਗਣਾ। ਪਾਕਿਸਤਾਨ ਜ਼ਿੰਦਾਬਾਦ।